ਸੰਯੁਕਤ ਕਿਸਾਨ ਮੋਰਚਾ ਦੇ ਸਦਰ ਤੇ ਮਾਨਸਾ ਜ਼ਿਲ੍ਹੇ ਦੇ ਕਸਬਾ ਚਨੀਰ ਵਿਖੇ ਕਿਸਾਨਾਂ ਨੇ ਸੜਕ ਜਾਮ ਕਰਕੇ ਕਾਲੇ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਕਿਸਾਨ ਆਗੂ ਸੁਖਦਰਸ਼ਨ ਸਿੰਘ ਮਾਖਾ, ਪਰਮਪ੍ਰੀਤ ਸਿੰਘ ਮਾਖੇਵਾਲਾ, ਕਾਮਰੇਡ ਜਗਰਾਜ ਸਿੰਘ ਹੀਰਕੇ, ਮਲਕੀਤ ਸਿੰਘ ਜੌੜਕੀਆਂ, ਆਪ ਆਗੂ ਗੁਰਪ੍ਰੀਤ ਸਿੰਘ ਬਾਣਾਵਾਲੀ ਆਦਿ ਨੇ ਵੀ ਸੰਬੋਧਨ ਕੀਤਾ। ਕਿਸਾਨ ਮੋਰਚੇ ਵੱਲੋਂ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਦੇਸ਼ 'ਚ ਧਰਨਾ ਦਿੱਤਾ ਜਾ ਰਿਹਾ, ਕਿਵੇਂ ਦੇਖਦੇ ਹੋ ਗੁਰਪ੍ਰੀਤ ਜੀ? ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਸਮੁੱਚੇ ਭਾਰਤ ਦੇ ਬੰਦ ਦਾ ਸੱਦਾ ਦਿੱਤਾ ਗਿਆ, ਜੋ ਕਾਲੇ ਕਾਨੂੰਨਾਂ ਮੋਦੀ ਦੀ ਬੋਲੀ ਸਰਕਾਰ 'ਤੇ ਆਵਾਜ਼ ਪਹੁੰਚਾਉਣ ਵਾਸਤੇ, ਉਸ ਡੂੰਘੀ ਸਰਕਾਰ ਨੂੰ ਬੁਲਾਉਣ ਵਾਸਤੇ ਅੱਜ ਸਮੁੱਚਾ ਭਾਰਤ ਬੰਦ ਆ, ਉਸੇ ਤਹਿਤ ਅੱਜ ਸਰਦੂਲਗੜ੍ਹ ਵਿਖੇ, ਬਹਿਣੀਵਾਲ ਵਿਖੇ, ਝਨੀਰ ਵਿਖੇ, ਭੰਮੇ ਕਲਾਂ ਵਿਖੇ ਸੜਕ ਦੀ ਆਵਾਜਾਈ ਰੋਕੀ ਗਈ ਹੈ ਅਤੇ ਮੋਦੀ ਸਰਕਾਰ ਖਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਆ। ਅੱਜ ਤੁਸੀਂ ਦੇਖੋਗੇ ਕਿ ਝਨੀਰ ਵਿਖੇ ਕਿੱਡਾ ਵੱਡਾ ਇਕੱਠ ਆਮ ਲੋਕਾਂ ਦਾ ਆਇਆ ਕਿ ਜਿੱਥੋਂ ਸਿੱਧ ਹੁੰਦਾ ਕਿ ਜਿਹੜੇ ਮਾਰੂ ਕਾਲੇ ਕਾਨੂੰਨ ਆ, ਜਿੰਨਾ ਚਿਰ ਮੋਦੀ ਇਸ ਨੂੰ ਵਾਪਸ ਨਹੀਂ ਲੈਂਦਾ ਸੰਘਰਸ਼ ਜਾਰੀ ਰਹੂਗਾ। ਅਸੀਂ ਜੋ ਸੰਯੁਕਤ ਕਿਸਾਨ ਮੋਰਚਾ ਜੋ ਵੀ ਅਪੀਲ ਕਰੂਗਾ, ਜਿੱਥੇ ਵੀ ਕਹੂਗਾ, ਉੱਥੇ ਹਰ ਮੌਕੇ ਦੇ ਉੱਤੇ ਹਾਜ਼ਰ ਹੋਵਾਂਗੇ ਅਤੇ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਵਾਂਗੇ। ਅੱਜ ਦੇ ਦਿਨ ਰਾਸ਼ਟਰਪਤੀ ਨੇ ਇਸ ਕਾਲੇ ਕਾਨੂੰਨਾਂ 'ਤੇ ਸਾਈਨ ਕੀਤੇ ਸੀ, ਇੱਕ ਸਾਲ ਹੋ ਗਿਆ ਅਤੇ ਤੁਹਾਨੂੰ ਪਤਾ ਹੋਣਾ ਸਾਲ ਤੋਂ ਉੱਪਰ ਹੋ ਗਿਆ ਸੰਘਰਸ਼ ਚੱਲਦੇ ਨੂੰ, ਪਰ ਮੋਦੀ ਸਰਕਾਰ ਕਾਰਪੋਰੇਟ ਅਦਾਰਿਆਂ ਨੂੰ ਸਾਡੇ ਦੇਸ਼ ਨੂੰ ਲੁਟਾਉਣਾ ਚਾਹੁੰਦੀ ਹੈ, ਪਰ ਦੇਸ਼ ਦੇ ਲੋਕ ਜਾਗਰਤ ਹੋ ਚੁੱਕੇ, ਜਿਸ ਦੀ ਅਗਵਾਈ ਪੰਜਾਬ, ਹਰਿਆਣਾ, ਸਮੁੱਚਾ ਨੌਰਥ ਇੰਡੀਆ ਕਰ ਰਿਹਾ। ਮੋਦੀ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਅਤੇ ਇਹ ਜੋ ਕਾਲੇ ਕਾਨੂੰਨ ਆ, ਇਹਨਾਂ ਨੂੰ ਕਿਸੇ ਵੀ ਹੱਕ ਤਰ੍ਹਾਂ ਦਾ ਅਸੀਂ ਲਾਗੂ ਨਹੀਂ ਹੋਣ ਦੇਣਾ। ਅੱਜ ਝਨੀਰ ਵਿਖੇ ਸੰਯੁਕਤ ਮੋਰਚੇ ਤੋਂ ਧਰਨਾ ਦਿੱਤਾ ਗਿਆ, ਕਿੰਨੇ ਜਥੇਬੰਦੀਆਂ ਜਿਹੜੀਆਂ ਧਰਨੇ ਸ਼ਾਮਿਲ ਲਿਸਟ? ਇਹ 7 ਜਥੇਬੰਦੀਆਂ ਆਈਆਂ ਜੀ ਇੱਥੇ ਹਾਜ਼ਰ ਹੈ, ਇਸ ਵਰਕਰ ਤਾਂ ਦੂਜਿਆਂ ਦੇ ਵੀ ਆਏ ਹੋਏ ਅਤੇ ਉਹ ਦੂਜਿਆਂ ਦਾ ਜਿਹੜਾ ਹੈਗਾ ਪ੍ਰੋਗਰਾਮ, ਉਹ ਅਲੱਗ ਅਲੱਗ ਰੱਖਿਆ ਸੀ, ਪਤਾ ਹੀ ਸਾਰਾ, ਉਹ ਉਸ ਹਿਸਾਬ ਨਾਲ ਅੱਗੇ ਪਿੱਛੇ ਗਏ ਹੋਏ ਆ ਦੂਜੀਆਂ ਸਾਈਡਾਂ 'ਤੇ, ਅਤੇ ਅਸੀਂ ਇੱਥੇ 7 ਜਥੇਬੰਦੀਆਂ। ਕੀ ਵਿਸ਼ਵਾਸ ਮਿਲ ਰਿਹਾ ਲੋਕਾਂ ਦਾ, ਕਿਸਾਨਾਂ ਦਾ? ਲੋਕਾਂ ਦਾ, ਕਿਸਾਨਾਂ ਦਾ ਬਹੁਤ ਵੱਡਾ ਵਿਸ਼ਵਾਸ ਹੈ ਜੀ। ਅਸੀਂ ਪਿੰਡ ਦੇ ਵਿੱਚ ਨਰਮੇ ਦਾ ਮਾਰ ਬਾਰੇ ਗਏ ਸੀਗੇ, ਮਾੜਾ ਜਿਹਾ ਬੋਲੇ ਸੀਗੇ ਉਹਦੇ ਸੰਬੰਧ ਦੇ ਵਿੱਚ, ਸਾਡੇ ਪਿੰਡੋਂ ਮੈਨੂੰ ਇਹ ਲੱਗਦੀ ਹੈ ਵੀ 100-150 ਮੇਰੇ ਕੋਲ ਮੂਵੀ ਬਣੀ ਹੋਈ ਹੈ, 100-150 ਬੰਦੇ ਦਾ ਇਕੱਠ ਨਾਲ ਦੀ ਨਾਲ ਹੋ ਗਿਆ ਸੀਗਾ। ਅੱਜ ਤੋਂ ਮੈਨੂੰ ਤਾਂ ਇੱਥੇ ਆਉਣਾ ਹੋ ਗਿਆ, ਸਾਥੋਂ ਮੈਥੋਂ ਮੇਰੇ ਪਿੰਡ 'ਚ ਬੋਲਿਆ ਨਹੀਂ ਗਿਆ, ਬਿਨਾਂ ਬੋਲੇ ਤੋਂ ਹੀ ਸਾਡੇ ਪਿੰਡੋਂ 4 ਟਰਾਲੀਆਂ ਭਰ ਕੇ ਆਈਆਂ, ਬਾਕੀ ਹੋਰ ਵੀ ਕਰ ਲਿਆ ਜੀ, ਅਗਲੇ ਪਿੰਡਾਂ ਨੂੰ ਪਤਾ ਲੱਗਦਾ ਵੀ ਸਾਨੂੰ। ਠੀਕ ਹੈ, ਵੱਲੋਂ ਸਿਰਫ BJP ਦਾ ਕਿਹਾ ਗਿਆ ਵੀ BJP, ਬਾਕੀ ਪਾਰਟੀਆਂ ਦਾ ਘਰਾਓ ਕਰਨਾ ਸੰਭਵ ਹੈ ਜਾਂ ਕਿਸ ਤਰ੍ਹਾਂ? ਦੇਖੋ, BJP ਦਾ ਤਾਂ ਮੁਕੰਮਲੀ ਬਾਈਕਾਟ ਹੈ, ਜੋ ਦੂਜੇ ਲੀਡਰ ਆਉਣਗੇ ਉਹਨਾਂ ਨੂੰ ਵੀ ਸਵਾਲ ਜਵਾਬ ਪੁੱਛ ਸਕਦੇ, ਜੋ ਸਾਡੇ ਖਾਲਸੇ ਨੇ ਕਿਸਾਨੀ ਦੇ ਉਸ ਨੇ ਤਾਂ ਪੁੱਛ ਸਕਦੇ ਕਿ ਤੁਸੀਂ ਆਪਣੇ ਰਾਜ 'ਚ ਕੀ ਕੀਤਾ, ਹੁਣ ਅੱਗੇ ਕੀ ਕਰੋਗੇ, ਕੀ ਸਾਡੇ ਨਾਲ ਚੋਣ ਵਾਅਦੇ ਕਰੋਗੇ, ਕਾਨੂੰਨੀ ਤੌਰ 'ਤੇ ਚੋਣ ਵਾਅਦੇ ਕਰੋਗੇ, ਕਿ ਕਰੋਗੇ ਤਾਂ ਕਾਨੂੰਨੀ ਤੌਰ 'ਤੇ ਉਹ ਚੋਣ ਵਾਅਦੇ ਪੂਰੇ ਹੋਣ, ਜੋ ਵੀ ਚੋਣ ਵਾਅਦੇ ਕੀਤੇ ਜਾਂਦੇ ਨੇ ਅਤੇ ਕਿਸਾਨਾਂ ਦੇ ਹਿੱਤ 'ਚ ਹੋਣ, ਭਾਵੇਂ ਕਿਸੇ ਹੋਰ ਮਜ਼ਦੂਰਾਂ ਦੇ। ਠੀਕ ਹੈ। ਮੈਂ ਸੁਖਦਰਸ਼ਨ ਸਿੰਘ ਮਾਖਾ, ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਜੋ ਕਾਲੇ ਕਾਨੂੰਨ ਖੇਤੀ ਪ੍ਰਤੀ ਬਣੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ ਅਤੇ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਖਾ ਰਹੀ ਹੈ ਇਸ ਦਾ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇ ਕਿਸਾਨਾਂ ਨੂੰ।